रंग फकीरी दे यूट्यूब चैनल देख रहे सारिआं नूं प्यार भरी सति श्री अकाल। परमात्मा सब दे सिर ते मेहर भरिया हथ रखे। कलयुग दे इस समें विच हर कोई चाहुंदा है कि उस ते रब दी किरपा होवे ते ओह सुखी जीवन जीवे ते अपने परिवार नूं वी हर प्रकार दीआं खुशियां दे सके। जदों किसे इंसान ते देवी शक्तियां मेहरबान हुंदियां है तां ओह कुछ संकेत दिंदियां ने। ਕਿਹੜੇ ਹੁੰਦੇ ਨੇ ਉਹ ਸੰਕੇਤ ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਰੰਗ ਫਕੀਰੀ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਘੰਟੀ ਵਾਲਾ ਬਟਨ ਜ਼ਰੂਰ ਦੱਬ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ, ਕਈ ਲੋਕਾਂ ਦੇ ਨਾਲ ਦੇਵੀ ਸ਼ਕਤੀਆਂ ਪਿਛਲੇ ਜਨਮ ਤੋਂ ਹੀ ਹੁੰਦੀਆਂ ਨੇ। ਪਿਛਲੇ ਜਨਮ 'ਚ ਕੀਤੀ ਉਹਨਾਂ ਦੀ ਪਾਠ ਪੂਜਾ ਇਸ ਜਨਮ ਵਿੱਚ ਫਲ ਦਿੰਦੀ ਹੈ। ਤਾਂ ਹੀ ਤਾਂ ਲੋਕ ਕਈਆਂ ਨੂੰ ਕਹਿ ਦਿੰਦੇ ਹੈ ਕਿ ਇਨਸਾਨ ਨੇ ਕਦੇ ਵੀ ਰੱਬ ਦਾ ਨਾਮ ਤੱਕ ਨਹੀਂ ਲਿੱਤਾ, ਫਿਰ ਵੀ ਦੇਖ ਲਓ ਰੱਬ ਦੀ ਕਿੰਨੀ ਕਿਰਪਾ ਹੈ, ਰੱਬ ਜਿਵੇਂ ਇਸ ਦੇ ਨਾਲ ਹੀ ਤੁਰਿਆ ਆਉਂਦਾ ਹੈ। ਇਹ ਇਸ ਜਨਮ ਦੀ ਪਾਠ ਪੂਜਾ ਕਰਕੇ ਨਹੀਂ, ਸਗੋਂ ਪਿਛਲੇ ਜਨਮ ਦੀ ਪਾਠ ਪੂਜਾ ਦਾ ਫਲ ਉਸਨੂੰ ਮਿਲ ਰਿਹਾ ਹੁੰਦਾ ਹੈ। ਅਤੇ ਕਈ ਲੋਕ ਇਸ ਜਨਮ ਵਿੱਚ ਪਾਠ ਪੂਜਾ ਕਰਕੇ ਰੱਬ ਦੀ ਕਿਰਪਾ ਹਾਸਿਲ ਕਰਦੇ ਹੈ। ਜਦੋਂ ਕਿਸੇ ਨੂੰ ਰੱਬ ਦੀ ਕਿਰਪਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਇਨਸਾਨ ਵਿੱਚ ਕੁਝ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਹੈ ਅਤੇ ਉਹ ਕਿਰਪਾ ਹਾਸਿਲ ਕਰ ਲੈਂਦਾ ਹੈ। ਕਈ ਬੰਦੇ ਪਾਠ ਪੂਜਾ ਕਰਕੇ ਰੱਬ ਨੂੰ ਹਾਸਿਲ ਕਰਨਾ ਚਾਹੁੰਦੇ ਹੈ ਪਰ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦੇ ਹੈ ਅਤੇ ਮਨ ਉਹਨਾਂ ਦਾ ਭਟਕਣਾ ਸ਼ੁਰੂ ਹੋ ਜਾਂਦਾ ਹੈ। ਰੱਬ ਦੀ ਕਿਰਪਾ ਤਾਂ ਉਹਨਾਂ ਨੂੰ ਨਹੀਂ ਮਿਲਦੀ ਪਰ ਉਹ ਪਰੇਸ਼ਾਨੀ ਦੇ ਵਿੱਚ ਜ਼ਰੂਰ ਘਿਰ ਜਾਂਦੇ ਹੈ ਅਤੇ ਥਾਂ ਥਾਂ 'ਤੇ ਭਟਕਣਾ ਸ਼ੁਰੂ ਕਰ ਦਿੰਦੇ ਹੈ। ਪਰ ਤੁਹਾਨੂੰ ਦੱਸ ਦੇਵਾਂ ਕਿ ਇਹ ਸੰਕੇਤ ਜੋ ਤੁਹਾਨੂੰ ਅੱਜ ਮੈਂ ਇਸ ਵੀਡੀਓ 'ਚ ਦੱਸਣ ਜਾ ਰਿਹਾ ਹਾਂ, ਮਿਲਣ ਤਾਂ ਤੁਹਾਡੇ ਅੰਦਰ ਰੱਬ ਆਪ ਆ ਕੇ ਵਸਣ ਲੱਗ ਗਿਆ ਹੈ। ਇਹ ਤੁਸੀਂ ਸਮਝ ਲਵੋ, ਤੁਹਾਡੇ ਅੰਦਰ ਕੁਝ ਬਦਲਾਵ ਆਉਂਦੇ ਹੈ। ਜਦੋਂ ਰੱਬ ਦੀ ਕਿਰਪਾ ਹੁੰਦੀ ਹੈ ਤਾਂ ਇਨਸਾਨ ਬਦਲ ਜਾਂਦਾ ਹੈ। ਕਿਹੜੇ ਉਹ ਬਦਲਾਵ ਹੁੰਦੇ ਹੈ, ਕਿਹੜੇ ਉਹ ਸੰਕੇਤ ਹੁੰਦੇ ਹੈ ਜਿਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ 'ਤੇ ਰੱਬ ਦੀ ਕਿਰਪਾ ਹੋ ਰਹੀ ਹੈ, ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲੈਣਾ। ਜਦੋਂ ਤੁਸੀਂ ਪੂਜਾ ਪਾਠ ਕਰਨ ਸ਼ੁਰੂ ਕਰਦੇ ਹੋ ਤਾਂ ਸੁਪਨੇ ਵਿੱਚ ਤੁਹਾਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਫੋਟੋਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ। ਮਤਲਬ ਤੁਸੀਂ ਸਹੀ ਰਾਸਤੇ 'ਤੇ ਜਾ ਰਹੇ ਹੋ। ਇਹ ਅਗਰ ਤੁਹਾਨੂੰ ਲੱਛਣ ਦਿਖਦਾ ਹੈ ਤਾਂ ਪਹਿਲਾਂ ਤੁਹਾਨੂੰ ਸੁਪਨੇ ਰਾਹੀਂ ਹੀ ਸੰਕੇਤ ਮਿਲਦੇ ਹੈ। ਪ੍ਰਤੱਖ ਦਰਸ਼ਨ ਕਦੇ ਵੀ ਕਿਸੇ ਗੁਰੂ ਦੇ ਜਾਂ ਪੀਰਾਂ ਫਕੀਰਾਂ ਦੇ ਜਾਂ ਕਿਸੇ ਰੱਬ ਦੇ ਨਹੀਂ ਹੁੰਦੇ, ਦੇਵੀ ਦੇਵਤਿਆਂ ਦੇ ਨਹੀਂ ਹੁੰਦੇ। ਸਭ ਤੋਂ ਪਹਿਲਾਂ ਉਹਨਾਂ ਦੀਆਂ ਤਸਵੀਰਾਂ ਦੇ ਮੂਰਤੀਆਂ ਦੇ ਦਰਸ਼ਨ ਹੀ ਤੁਹਾਨੂੰ ਸੁਪਨਿਆਂ ਦੇ ਵਿੱਚ ਹੁੰਦੇ ਹੈ। ਨੰਬਰ 2, ਤੁਹਾਨੂੰ ਸੁਪਨੇ ਦੇ ਵਿੱਚ ਕੋਈ ਇਹੋ ਜਿਹਾ ਮੰਦਿਰ ਜਾਂ ਮੂਰਤੀ ਦਿਖੇ ਜਿਸ ਨੂੰ ਤੁਸੀਂ ਕਦੇ ਨਹੀਂ ਦੇਖਿਆ, ਇਹੋ ਜਿਹੀ ਥਾਂ ਦਿਖੇ ਜਿੱਥੇ ਤੁਸੀਂ ਕਦੇ ਨਹੀਂ ਗਏ, ਤਾਂ ਸਮਝ ਲੈਣਾ ਕਿ ਰੱਬ ਤੁਹਾਡੇ ਵੱਲ ਨੂੰ ਆ ਰਿਹਾ ਹੈ। ਤੁਸੀਂ ਉਸ ਜਗ੍ਹਾ ਦੀ ਭਾਲ ਕਰਨੀ ਹੈ, ਤੁਸੀਂ ਉਸ ਮੂਰਤੀ ਦੀ ਭਾਲ ਕਰਨੀ ਹੈ ਅਤੇ ਉੱਥੇ ਜਾ ਕੇ ਉਹ ਦੇਵੀ ਸ਼ਕਤੀਆਂ ਜਿਹੜੀਆਂ ਹਾਸਲ ਕਰਨੀਆਂ ਹੈ। ਰੱਬ ਤੁਹਾਨੂੰ ਉਸ ਜਗ੍ਹਾ 'ਤੇ ਬੁਲਾ ਰਿਹਾ ਹੈ। ਨੰਬਰ 3, ਸਵੇਰੇ 3 ਤੋਂ 5 ਵਜੇ ਦੇ ਵਿੱਚ ਤੁਹਾਡੀ ਅੱਖ ਅਚਾਨਕ ਖੁੱਲ੍ਹ ਜਾਂਦੀ ਹੈ। ਤੁਹਾਨੂੰ ਨੀਂਦ ਕਿੰਨੀ ਮਰਜ਼ੀ ਆਉਂਦੀ ਹੋਵੇ ਪਰ 3 ਤੋਂ 5 ਵਜੇ ਤੁਸੀਂ ਆਪੇ ਹੀ ਉੱਠ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਰੱਬ ਤੁਹਾਡੇ ਕੋਲ ਆ ਰਿਹਾ ਹੈ, ਦੇਵੀ ਸ਼ਕਤੀਆਂ ਤੁਹਾਡੇ ਕੋਲ ਆਪੇ ਆ ਰਹੀਆਂ ਹੈ। ਕਿਉਂਕਿ 3 ਤੋਂ 5 ਵਜੇ ਦਾ ਸਮਾਂ ਜਿਹੜਾ ਹੁੰਦਾ ਹੈ ਉਹ ਦੇਵੀ ਸ਼ਕਤੀਆਂ ਦਾ ਹੁੰਦਾ ਹੈ, ਰੱਬ ਦਾ ਹੁੰਦਾ ਹੈ, ਭਗਤੀ ਦਾ ਹੁੰਦਾ ਹੈ। ਇਸ ਵਾਸਤੇ ਉਸ ਸਮੇਂ ਤੁਸੀਂ ਭਗਤੀ ਜ਼ਰੂਰ ਕਰੋ। ਨੰਬਰ 4, ਜਦੋਂ ਤੁਹਾਡਾ ਵਿਵਹਾਰ ਬਦਲ ਜਾਵੇ, ਤੁਹਾਡੇ ਅੰਦਰ ਸੇਵਾ ਦਾ ਭਾਵ ਪੈਦਾ ਹੋ ਜਾਵੇ, ਤੁਸੀਂ ਲੋਕਾਂ ਦਾ ਭਲਾ ਕਰਨਾ ਚਾਹੁਣ ਲੱਗ ਜਾਵੋ, ਲੋਕਾਂ ਦੀ ਸੇਵਾ ਕਰਨ ਲੱਗ ਜਾਵੋ, ਲੋਕਾਂ ਨੂੰ ਦੁਖੀ ਨਾ ਦੇਖ ਸਕਦੇ ਹੋਵੋ, ਲੋਕਾਂ ਨੂੰ ਉਹਨਾਂ ਦੇ ਅਨੁਸਾਰ ਜਿੰਨਾ ਕੁਛ ਤੁਸੀਂ ਤੁਹਾਡਾ ਹੋ ਸਕਦਾ ਤੁਸੀਂ ਦੇਣਾ ਸ਼ੁਰੂ ਕਰ ਦੇਵੋ, ਤਾਂ ਮਤਲਬ ਰੱਬ ਤੁਹਾਡੇ ਅੰਦਰ ਆ ਕੇ ਵਸ ਗਿਆ ਹੈ। ਨੰਬਰ 5, ਤੁਸੀਂ ਦੂਸਰਿਆਂ ਨਾਲ ਪਿਆਰ ਕਰਨ ਲੱਗ ਜਾਵੋ, ਤੁਹਾਡਾ ਪਿਆਰ ਦੂਸਰਿਆਂ ਨਾਲ ਵੱਧ ਜਾਵੇ, ਤੁਸੀਂ ਕਿਸੇ ਨੂੰ ਦੁਖੀ ਨਾ ਦੇਖ ਸਕਦੇ ਹੋਵੋ, ਕੋਈ ਵੀ ਪਰੇਸ਼ਾਨ ਹੁੰਦਾ ਹੈ ਤਾਂ ਤੁਸੀਂ ਉਸਦਾ ਹੱਲ ਕਰਨ ਵਾਸਤੇ ਆਪ ਵੱਧ ਕੇ ਅੱਗੇ ਵੱਧ ਕੇ ਤੁਸੀਂ ਉਹਦੇ ਕੋਲ ਜਾਓ, ਤਾਂ ਇਹ ਵੀ ਇੱਕ ਲੱਛਣ ਹੈ। ਨੰਬਰ 7, ਜਦੋਂ ਤੁਸੀਂ ਪੂਜਾ ਪਾਠ ਕਰਨ ਲੱਗਦੇ ਹੋ ਤਾਂ ਤੁਹਾਨੂੰ ਆਨੰਦ ਆਉਣ ਲੱਗ ਜਾਵੇ। ਤੁਸੀਂ 10 ਮਿੰਟ ਲਈ ਬੈਠੇ ਪਰ ਤੁਸੀਂ ਘੰਟਾ ਬੱਧੀ ਪੂਜਾ ਪਾਠ ਕਰਦੇ ਰਹੇ, ਤੁਹਾਨੂੰ ਇਹ ਮਹਿਸੂਸ ਹੋਇਆ
कि मैं हुणे ही बैठा, समा तो कोई होया ही नहीं पाठ पूजा करते, इन्ना तुहाडा मन पाठ पूजा दे विच लगन लग जावे। तुहानू पाठ पूजा करते हुए इंज महसूस होवे कि तुसी फर्श ते नहीं बैठे बल्कि हवा च बैठ के पाठ पूजा कर रहे हो, हवा च उड़ रहे हो, तो यह एक बहुत वड्डा लक्षण है कि रब तुहाडे कोल है। ये लक्षण तुहानू दसदे हन कि रब की कृपा तुहाडे ते आ चुकी है अते तुसी देवी शक्तियां हासिल कर लईयां है। इन्हां नू दूसरिया का भला करन वास्ते इस्तेमाल करो, लोकां दा भला करो, तुहाडा भला अपने आप हो जाएगा।